ਹਾਂ ਸਰ, ਤੁਹਾਡੇ ਜ਼ਿਲ੍ਹੇ ਪਟਿਆਲੇ ਦੇ ਵਿੱਚ ਜਿਹੜਾ ਉਦਘਾਟਨ ਕੀਤਾ ਹੈ ਭਾਈ ਸ਼ਹਿਰੀ ਜੀ ਦੇ ਦਫ਼ਤਰ ਦਾ, ਮੈਡਮ ਨਵਜੋਤ ਕੌਰ ਜੀ, ਕੀ ਕਹਿਣਾ ਚਾਹੁੰਦੇ ਹੋ? ਇਹੀ ਹੈ ਕਿ ਇਹ ਨਵਜੋਤ ਸਿੱਧੂ ਪੂਰੀ ਫੈਮਿਲੀ ਦਾ, ਸਿੱਧੂ ਫੈਮਿਲੀ ਦਾ, ਸਿੱਧੂ ਜੋੜੀ ਦਾ, ਜਿਹੜਾ ਪੰਜਾਬ ਨੂੰ ਇੱਕ ਪੁਰਾਣਾ ਪੰਜਾਬ ਦੇਖਣ ਦਾ ਸੁਪਨਾ, ਕਿ ਖੁਸ਼ਹਾਲ ਪੰਜਾਬ ਦੇਖਣ ਦਾ ਸੁਪਨਾ, ਉਹ ਕਿਣਕਿਆ ਕਿਣਕੇ ਦੇ ਜ਼ਰੀਏ ਜੋ ਕੋਈ ਵੀ ਭਰਾ ਇਹਦੇ ਵਿੱਚ ਯੋਗਦਾਨ ਪਾਉਣਾ ਚਾਹੁੰਦਾ, ਜਿਵੇਂ ਸ਼ਹਿਰੀ ਹੈਗਾ ਬੜਾ ਹਿੰਮਤੀ ਔਰ ਜਸੀਲਾ ਯੋਧਾ ਹੈਗਾ, ਨੌਜਵਾਨ ਆਗੂ ਹੈਗਾ ਬਹੁਤ, ਦਿੱਲੀ ਤੱਕ ਵੀ ਇਹਨੇ ਆ ਹੁਣ ਕਿਸਾਨਾਂ ਦਾ ਜਿਹੜਾ ਪ੍ਰੋਟੈਸਟ ਚੱਲ ਰਿਹਾ ਸੀ ਸਾਰੇ ਭਰਾਈ, ਵੈਸੇ ਇਹਦਾ ਵੀ ਉੱਥੇ ਅਹਿਮ ਰੋਲ ਰਿਹਾ, ਅਤੇ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਇਹ ਕਿਤੇ ਆ ਗਿਆ ਕਿਤੇ ਵਗ ਗਿਆ। ਇਵੇਂ ਜਿਵੇਂ ਇਸ ਡਿਸਟ੍ਰਿਕਟ ਦੇ ਵਿੱਚ ਕੋਈ ਵੀ ਸਾਡਾ ਭੈਣ ਭਰਾ ਗਾ ਸਾਡੇ ਨਾਲ ਇਹਨਾਂ ਨਾਲ ਜੁੜ ਕੇ ਆਪਦੀਆਂ ਮੁਸ਼ਕਿਲਾਂ ਦੱਸੂ ਜਾਂ ਇਹ ਸੋਚ ਰੱਖਦਾ ਹੋਇਆ ਲੋਕਾਂ ਦੇ ਭਲੇ ਲਈ ਕਰਨ ਲਈ, ਸੋ ਇਸ ਆਫਿਸ ਦੇ ਵਿੱਚ ਆ ਕੇ ਕੰਟੈਕਟ ਕਰੂਗਾ ਔਰ ਲੋਕਾਂ ਦੇ ਭਲੇ ਲਈ ਕੰਮ ਕਰਾਂਗੇ। ਕੋਈ ਵੀ ਆਪਣਾ ਦੁੱਖ ਦਰਦ ਆ ਕੇ ਇੱਥੇ ਦੱਸੋ, ਅਸੀਂ ਆਪਣੇ ਬਾਸ ਜਿਵੇਂ ਤੁਸੀਂ ਅੱਜ ਇਹਨਾਂ ਦੇ ਮੋਢੇ ਨਾਲ ਮੋਢਾ ਖੜੋ, ਆਉਣ ਵਾਲੇ ਟਾਈਮ ਜਿਵੇਂ ਹੀ ਖੜੋਗੇ ਇਹਨਾਂ ਦੇ ਸਾਥ ਨੈਚਰਲੀ ਜਿਹੜਾ ਬੰਦਾ ਇੱਕ ਪੰਜਾਬ ਦੀ ਗੱਲ ਕਰਦਾ, ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਗੱਲ ਕਰਦਾ, ਪੰਜਾਬ ਨੂੰ ਬਚਾਉਣ ਦੀ ਗੱਲ ਕਰਦਾ, ਅਸੀਂ ਬਚਣਾ ਅਸੀਂ ਲੋਕਾਂ ਨੇ, ਅਸੀਂ ਉਸੇ ਬੰਦੇ ਨਾਲ ਹੀ ਚੱਲਾਂਗੇ ਜਿਹੜਾ ਬੰਦਾ ਪੰਜਾਬ ਦੀ ਗੱਲ ਕਰੂਗਾ। ਹਾਂਜੀ, ਅੱਜ ਅਸੀਂ ਹਲਕਾ ਸਨੌਰ ਦੇ ਵਿੱਚ ਸਾਡੇ ਛੋਟੇ ਵੀਰ ਮਨਸਿਮਰ ਸਿੰਘ ਸ਼ਹਿਰੀ ਰਿਆੜ ਨੇ ਜੋ ਇਹ ਸੋਸ਼ਲ ਵਰਕਰ ਲਈ ਲੋਕਾਂ ਦੇ ਕੰਮਾਂ ਦੇ ਵਿੱਚ ਖੜਨ ਲਈ ਇੱਕ ਆਫਿਸ ਬਣਾਇਆ ਵਾ, ਉਸ ਦਾ ਅੱਜ ਉਦਘਾਟਨ ਸਾਡੇ ਸਤਿਕਾਰਯੋਗ ਮੈਡਮ ਨਵਜੋਤ ਕੌਰ ਸਿੱਧੂ ਜੀ ਨੇ ਆਪਣੇ ਪਰ ਕਮਲਾਂ ਦੇ ਨਾਲ ਕੀਤਾ ਵਾ, ਤੇ ਅਸੀਂ ਨਵਜੋਤ ਕੌਰ ਸਿੱਧੂ ਜੀ ਦਾ ਤਹਿ ਦਿਲੋਂ ਬਹੁਤ ਧੰਨਵਾਦ ਕਰਦੇ ਹਾਂ। ਉਹਨਾਂ ਨੇ ਸਾਡੇ ਛੋਟੇ ਸੱਦੇ ਤੇ ਇੱਥੇ ਸ਼ਹਿਰੀ ਜੀ ਨੂੰ ਆ ਕੇ ਥਾਪੜਾ ਦਿੱਤਾ ਕਿ ਲੋਕਾਂ ਦੀਆਂ ਸੇਵਾਵਾਂ ਦੇ ਵਿੱਚ ਕੰਮ ਕਰ ਸਕੇ ਅੱਗੇ ਵੱਧ ਕੇ। ਉਹ ਸ਼ਹਿਰੀ ਜੀ ਬਹੁਤ ਲੰਬੇ ਸਮੇਂ ਤੋਂ ਹਲਕੇ ਦੇ ਵਿੱਚ, ਜ਼ਿਲ੍ਹੇ ਦੇ ਵਿੱਚ ਅਤੇ ਅੱਜ ਇਹ ਪੰਜਾਬ ਦੇ ਵਿੱਚ ਪੂਰੇ 'ਚ ਇਹ ਵਰਕ ਕਰ ਰਹੇ ਨੇ। ਨੈਸ਼ਨਲ ਹਿਊਮਨ ਰਾਈਟਸ ਸਾਡੀ ਜੋ ਟੀਮ ਆ ਉਹਦੇ ਇਹ ਵਾਈਸ ਪ੍ਰਧਾਨ ਵੀ ਨੇ ਪੰਜਾਬ ਦੇ, ਅਤੇ ਜ਼ਿਲ੍ਹੇ ਦੇ ਵੀ ਪ੍ਰਧਾਨ ਨੇ ਇਹ, ਅਤੇ ਅੱਜ ਇਹਨਾਂ ਨੇ ਹਲਕੇ ਦੇ ਵਿੱਚ ਲੋਕਾਂ ਦੀ ਸਹੂਲਤ ਲਈ, ਲੋਕਾਂ ਦੇ ਦੁੱਖ ਤਕਲੀਫਾਂ ਨੂੰ ਸੁਣਵਾਈ ਕਰਨ ਦੇ ਲਈ ਇਹ ਆਫਿਸ ਬਣਾਇਆ ਵਾ। ਮੈਂ ਇੱਥੇ ਆਉਣ 'ਤੇ ਸਾਡੇ ਸਾਰੇ ਯੂਥ ਵਰਕਰਾਂ ਦਾ ਅਤੇ ਡਾਕਟਰ ਨਵਜੋਤ ਕੌਰ ਸਿੱਧੂ ਜੀ ਦਾ, ਵਾਈ ਕੌਰ ਕੀਮਤ ਹੋਣਾ ਦਾ, ਸਾਰੇ ਦੋਸਤਾਂ ਮਿੱਤਰਾਂ ਸਾਡੇ ਜਿੰਨੇ ਵੀ ਸੱਦੇ 'ਤੇ ਪਹੁੰਚੇ ਨੇ, ਮੈਂ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਵਾਂ। ਅਤੇ ਇਹੀ ਆਸ ਕਰਦਾ ਵੀ ਸਾਡੀ ਸਾਰੀ ਟੀਮ ਪੰਜਾਬ ਦੇ ਵਿੱਚ ਲੋਕ ਪੱਖੀ ਕੰਮਾਂ ਦੇ ਵਿੱਚ ਵੱਧ ਚੜ੍ਹ ਕੇ ਲੋਕਾਂ ਦੇ ਆਸਰਾ ਬਣੇ ਅਤੇ ਸਹਿਯੋਗ ਦੇ ਵੀ ਲੋਕਾਂ ਦੇ ਭਲੇ ਲਈ ਕੰਮ ਕਰੇ। ਧੰਨਵਾਦ ਜੀ। ਦੇਖੋ ਜੀ, ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਡਾਕਟਰ ਨਵਜੋਤ ਕੌਰ ਸਿੱਧੂ ਜੀ ਨੇ ਆਪਦਾ ਪਰਸਨਲ ਟਾਈਮ 'ਚੋਂ ਇੰਨੇ ਹੈਵੀ ਸਕੈਡਲ 'ਚੋਂ ਟਾਈਮ ਕੱਢ ਕੇ ਮੇਰੇ ਅੱਜ ਪਟਿਆਲਾ ਵਿਖੇ ਦਫ਼ਤਰ ਦਾ ਉਦਘਾਟਨ ਕੀਤਾ। ਅਤੇ ਇਸ ਦਫ਼ਤਰ ਦਾ ਮਕਸਦ ਸਿਰਫ ਇੱਕ ਸੋਸ਼ਲ ਕੌਜ਼ ਹੈ, ਇਹ ਮੈਂ ਤੁਹਾਨੂੰ ਪ੍ਰੈਸ ਵਾਲੇ ਭਰਾਵਾਂ ਨੂੰ ਤਾਂ ਦੱਸ ਰਿਹਾ ਕਿਉਂਕਿ ਬੜੇ ਪ੍ਰੈਸ ਵਾਲੇ ਭਰਾ ਮੈਨੂੰ ਵਾਰ ਵਾਰ ਪੁੱਛ ਰਹੇ ਸੀਗੇ ਕਿ ਇਹ ਦਫ਼ਤਰ ਦਾ ਮਤਲਬ ਕੀ ਹੈ। ਇਹ ਦਫ਼ਤਰ ਦਾ ਮਤਲਬ ਹੈ ਕਿ ਇਹ ਸੁਸਾਇਟੀ ਲਈ ਕੰਮ ਕਰਨਾ, ਸੁਸਾਇਟੀ ਦੀ ਬੈਟਰਮੈਂਟ ਲਈ ਕੰਮ ਕਰਨਾ, ਅਤੇ ਉਹ ਚਾਹੇ ਕਿਵੇਂ ਵੀ ਕਿਸੇ ਵੀ ਤਰੀਕੇ 'ਚ ਹੋਊਗੀ, ਉਹ ਅਸੀਂ ਮੈਡਮ ਨਵਜੋਤ ਕੌਰ ਸਿੱਧੂ ਦੇ ਉਹ ਛੱਤਰ ਛਾਇਆ ਦੇ ਥੱਲੇ ਰਹਿ ਕੇ ਸੁਸਾਇਟੀ ਲਈ ਕੰਮ ਕਰਨ ਲਈ ਇਹ ਦਫ਼ਤਰ ਖੋਲਿਆ। ਨਹੀਂ, ਤੁਹਾਨੂੰ ਨਹੀਂ ਲੱਗਦਾ ਕਿ ਜੇ ਦਫ਼ਤਰ ਖੁੱਲਿਆ ਤਾਂ ਜੇ ਨਵਜੋਤ ਸਿੱਧੂ ਲਈ ਆਏ ਤਾਂ ਉਹ ਤੁਸੀਂ ਆਉਣ ਟਾਈਮ 'ਚ 2022 ਦੀ ਆ ਜਿਹੜੇ MLA ਇਲੈਕਸ਼ਨ ਆ ਰਹੇ ਉਹਦੀ ਤਿਆਰੀ ਕਰ ਰਹੇ ਹੋ? ਦੇਖੋ, ਮੈਡਮ ਅੱਜ ਵੀ ਪੋਲੀਟੀਕਲੀ ਕੰਮ ਨਹੀਂ ਕਰ ਰਹੇ, ਮੈਡਮ ਕਾਂਗਰਸ ਪਾਰਟੀ ਨੂੰ ਬਿਲੋਂਗ ਨਹੀਂ ਕਰ ਰਹੇ। ਮੈਡਮ ਦੇ ਜਿਹੜੇ ਹਸਬੈਂਡ ਨੇ ਨਵਜੋਤ ਸਿੰਘ ਸਿੱਧੂ ਜੀ, ਉਹ ਕਾਂਗਰਸ ਪਾਰਟੀ ਦੇ MLA ਨੇ ਅਤੇ ਸਾਬਕਾ ਮੰਤਰੀ ਨੇ, ਅਤੇ ਅੱਜ ਦੀ ਡੇਟ ਦੇ ਵਿੱਚ ਮੈਡਮ ਸੋਸ਼ਲ ਕੰਮ ਕਰ ਰਹੇ ਨੇ, ਜਿੰਨੇ ਕੰਮ ਸੁਸਾਇਟੀ ਲਈ ਹੋ ਸਕਦੇ ਨੇ, ਜਿਵੇਂ ਫਾਰਮਰਸ ਦੇ ਜਿੰਨੇ ਵੀ ਕੰਮ ਨੇ ਫਾਰਮਰਸ ਲਈ ਮੈਡਮ ਨੇ ਇੰਨਾ ਕੁਛ ਕੀਤਾ ਅਤੇ ਅੱਜ ਤੱਕ ਕਦੇ ਅਨਾਊਂਸ ਕਰਕੇ ਨਹੀਂ ਕੀਤਾ।
बिना अनाउंसमेंट तो काम किया सोसाइटी की बैटरमेंट लिए किया उ काम असी मैडम दे छत्र छाया थले जा रहा कि जिम्मे यूथ जोड़े जा रहा कि आन टाइम जिम्मे महिला सीटा दी जा रही आन टाइम ए लगता है कि कांग्रेस पार्टी यूथ नूं अगे लैके आ रही है जिम्मे अपना नवजोत सिद्धू की गल करिए उन्होंने अपने यूथ नूं इकट्ठा करके एमएलए तैयारियां कर रहे हैं। देखो जी ए तो तुसी सोच सकते हो बट सानू पता है कि असी सोसाइटी लई काम कर रहे हैं जे साडे कोले मैन पावर होगी ताही असी सोसाइटी दे वख वख कोनियां ते जा पहुंच सकांगे। एक बंदा तो सोसाइटी लई काम कर नहीं सकता जे मैं कल्ला इस दफ्तर दे विच बह जा ते सोचा मैं राजपुरे भी चला जावा पटियाले भी चला जावा देवीगढ़ भी चला जावा जाके बरनाले गुरकीमत बाई कोले भी चला जावा ओ तां मैं कल्ला कर नहीं सकदा मैनू ओहदे लई मैन पावर चाहीदी है मैनू ओहदे लई बंदे चाहीदे ने इस करके असी ए जिहड़ा यूथ है इह मेरे नाल काम जिहड़ा मोढे नाल मोढा ला के कर रहा ओ बैटरमेंट ऑफ सोसाइटी कर रहा ना कि 2022 नू असी हजे तक सोचा भी नहीं तुसी पुछिया तां मेरे दिमाग च आया भी ए भी हो सकदा। ਜੇ ਗੱਲ ਕਰੀਏ ਆਪਾਂ ਕਿਸਾਨ ਅੰਦੋਲਨ ਦੀ ਕਿ ਤੁਹਾਡੇ ਵਾਲਾ ਯੂਥ ਹੈ ਤੁਸੀਂ ਜੋੜ ਰਹੇ ਹੋ ਉਹ ਕਿਸਾਨ ਅੰਦੋਲਨ ਦੇ ਵਿੱਚ ਕਿੰਨਾ ਕੁ ਸਹਿਯੋਗ ਦੇ ਰਿਹਾ ਸਾਰਾ? ਦੇਖੋ 26 ਤੋਂ ਪਹਿਲਾਂ 2 ਮਹੀਨੇ ਅਸੀਂ ਕਿਸਾਨਾਂ ਦੇ ਨਾਲ ਸੀ 26 ਤੋਂ ਬਾਅਦ ਅੱਜ ਤੱਕ ਜੋ ਜੋ ਕਿਸਾਨਾਂ ਨੂੰ ਅਸੀਂ ਬਾਰ ਬਾਰ ਰਹਿ ਕੇ ਆਏ ਹਾਂ ਮੈਂ ਤਰਨਦੀਪ ਬਾਈ ਗਰੇਵਾਲ ਸਾਹਿਬ ਅਸੀਂ ਬਾਰ ਬਾਰ ਕਿਸਾਨਾਂ ਉੱਥੇ ਗਏ ਸਿੰਘੂ ਬਾਰਡਰ ਦੇ ਉੱਤੇ ਉੱਥੇ ਜੇ ਅਸੀਂ ਲਿਸਟ ਬਣਾਈ ਜਿਹੜੀ ਜਿਹੜੀਆਂ ਚੀਜ਼ਾਂ ਉੱਥੇ ਥੁੜਦੀਆਂ ਸੀ ਉਹ ਚੀਜ਼ਾਂ ਅਗਲੇ ਦਿਨ ਆਏ ਇੱਥੋਂ ਲਿੱਤੀਆਂ ਤੇ ਦੂਜੇ ਦਿਨ ਹੀ ਤੀਜੇ ਦਿਨ ਉੱਥੇ ਪਹੁੰਚਵਾਈਆਂ ਤੇ ਅੱਜ ਵੀ ਸਾਨੂੰ ਉੱਥੇ ਹੁਣ ਸਾਡੀ ਟੀਮ ਬੈਠੀ ਹੈ ਉੱਥੇ ਕੋਈ ਵੀ ਰਿਕੁਆਇਰਮੈਂਟ ਹੁੰਦੀ ਹੈ ਸਾਨੂੰ ਦੱਸਦੇ ਨੇ ਤੇ ਅਸੀਂ ਆਪਦੇ ਤਨ ਮਨ ਧਨ ਤੋਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਪੂਰੀ ਕਰੀਏ। ਜੇ ਗੱਲ ਕਰੀਏ ਕਿ ਤੁਸੀਂ ਯੂਥ ਜਿਵੇਂ ਜੋੜ ਰਹੇ ਹੋ ਕਿ ਆਉਣ ਟਾਈਮ 'ਚ 2022 ਦੇ ਇਲੈਕਸ਼ਨ ਕੀ ਰਣਨੀਤੀ ਹੋਵੇਗੀ ਆਪਣੀ? ਹਰਮਨ ਜੀ ਤੁਸੀਂ ਬਾਰ ਬਾਰ 2022 ਕਰ ਰਹੇ ਹੋ ਸਾਡੀ ਰਣਨੀਤੀ ਇਹੀ ਹੈ ਕਿ ਨਵਜੋਤ ਸਿੰਘ ਸਿੱਧੂ ਸਾਨੂੰ ਜੇ ਗਰਮ ਰੇਤੇ ਚ ਵੀ ਕਹਿ ਦੇਣਗੇ 2022 ਚ ਖੜੇ ਰਹੋ ਤੇ ਠੰਡੇ ਪਾਣੀ ਚ ਵੀ ਕਹਿ ਦੇਣਗੇ ਅਸੀਂ ਉੱਥੇ ਹੀ ਖੜਾਂਗੇ ਅਸੀਂ ਉੱਥੇ ਹੀ ਡਟ ਕੇ ਖੜਾਂਗੇ। ਯੂਥ ਨੂੰ ਸਿੱਧੂ ਸਾਹਿਬ ਨਾਲ ਕਿੱਦਾਂ ਜੋੜੋਗੇ ਬਾਈ ਜੀ? ਦੇਖੋ ਸਾਡੀਆਂ ਆਰਗੇਨਾਈਜੇਸ਼ਨ ਨੇ ਤਰਨਦੀਪ ਗਰੇਵਾਲ ਪ੍ਰਧਾਨ ਨੇ ਸਾਡੇ ਪੰਜਾਬ ਦੇ ਹਿਊਮਨ ਰਾਈਟਸ ਇੱਕ ਆਰਗੇਨਾਈਜੇਸ਼ਨ ਹੈ ਪ੍ਰਿਯੰਕਾ ਗਾਂਧੀ ਆਰਗੇਨਾਈਜੇਸ਼ਨ ਹੈ ਤੇ ਸਾਡੀ ਆਪਦੀ ਵੀ ਇੱਕ ਆਰਗੇਨਾਈਜੇਸ਼ਨ ਤਿਆਰ ਬੈਠੀ ਹੈ ਅਸੀਂ ਉਹਦੇ ਵਿੱਚ ਬੰਦੇ ਲਾ ਰਹੇ ਹਾਂ ਹਲਕਾ ਵਾਈਜ਼ ਤੇ ਬੂਥ ਤੋਂ ਸ਼ੁਰੂ ਕਰ ਰਹੇ ਹਾਂ ਬੂਥ ਤੋਂ ਲੈ ਕੇ ਹਲਕੇ ਤੋਂ ਲੈ ਕੇ ਜ਼ਿਲ੍ਹਾ ਸਾਰੇ ਲਾ ਕੇ ਫਿਰ ਕੋਆਰਡੀਨੇਟ ਕਰਕੇ ਅਸੀਂ ਸਾਰੇ ਪੰਜਾਬ 'ਚ ਚੱਲਾਂਗੇ। ਸੋਸ਼ਲ ਵਰਕਰ? ਬਿਲਕੁਲ ਸੋਸ਼ਲ ਕੌਜ਼ ਹੈ ਸਾਡਾ ਐਡਾ ਕੋਈ ਕੌਜ਼ ਨਹੀਂ ਹੈਗਾ। ਦੇਖੋ ਮੈਂ ਯੂਥ ਕਾਂਗਰਸ ਦੇ ਵਿੱਚ ਕੰਮ ਕਰਦਾ ਅੱਜ ਵੀ ਕਰਦਾ ਪਹਿਲਾਂ ਵੀ ਕਰਦਾ ਸੀ ਤੇ ਜਿਹੜੇ ਮੇਰੇ ਭਰਾ ਨੇ ਗੁਰਕੀਮਤ ਬਾਈ ਵਰਗੇ ਭਰਾ ਨੇ ਇਹ ਸਾਨੂੰ ਯੂਥ ਕਾਂਗਰਸ ਚੋਂ ਹੀ ਮਿਲੇ ਨੇ ਪਰ ਇਹ ਐ ਨਹੀਂ ਹੈਗਾ ਕਿ ਅੱਜ ਯੂਥ ਕਾਂਗਰਸ ਦੀ ਕੋਈ ਪ੍ਰੈਸ ਕਾਨਫਰੰਸ ਹੈ ਜਾਂ ਆਪਾਂ ਕਹਿ ਦਈਏ ਕਿ ਯੂਥ ਕਾਂਗਰਸ ਦਾ ਕੋਈ ਆਹ ਇਨੀਸ਼ੀਏਟਿਵ ਲਿੱਤਾ ਆਪਾਂ ਨਹੀਂ ਆਪਾਂ ਇਹ ਸੋਸ਼ਲ ਕੌਜ਼ ਵਾਸਤੇ ਕਰ ਰਹੇ ਹਾਂ। ਦੇਖੋ ਸਾਨੂੰ ਪਤਾ ਸੀ ਸਾਡਾ ਰਾਜਾ ਵੜਿੰਗ ਇੰਡੀਆ ਦਾ ਪ੍ਰਧਾਨ ਸੀ ਤੇ ਉਹਨੇ ਸਾਰੇ ਇੰਡੀਆ ਦੇ ਵਿੱਚ ਖੱਕੀ ਪਾ ਦਿੱਤੀ ਸੀ ਕਿ ਕੋਈ ਜੱਟ ਹੈਗਾ ਸੂਰਮਾ ਉਹਨਾਂ ਨੇ ਯੂਥ ਕਾਂਗਰਸ ਦਾ ਨਾਮ ਉੱਚਾ ਕੀਤਾ। ਉਦੋਂ ਬਾਅਦ ਅੱਜ ਵਰਿੰਦਰ ਢਿੱਲੋਂ ਜੀ ਨੇ ਜਿਨ੍ਹਾਂ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਹਰ ਇੱਕ ਕੌਜ਼ ਨੂੰ ਚੱਕਦੇ ਨੇ ਤੇ ਉਹੀ ਕਈ ਹਰ ਇੱਕ ਦੇਖੋ ਕਈ ਜਿਹੜੇ ਬੰਦੇ ਨੇ ਪੰਜੇ ਉਂਗਲਾਂ ਇੱਕੋ ਸਾਰ ਨਹੀਂ ਹੁੰਦੀਆਂ ਹਰ ਇੱਕ ਆਰਗੇਨਾਈਜੇਸ਼ਨ 'ਚ ਵੱਖ ਵੱਖ ਆਰਗੇਨਾਈਜੇਸ਼ਨ 'ਚ ਚੰਗੇ ਤੇ ਮਾੜੇ ਬੰਦੇ ਆਉਂਦੇ ਰਹਿੰਦੇ ਨੇ ਪਰ ਅਸੀਂ ਚੰਗੇ ਬੰਦਿਆਂ ਨੂੰ ਦੇਖ ਕੇ ਆਰਗੇਨਾਈਜੇਸ਼ਨ ਚੂਜ਼ ਕਰਦੇ ਹਾਂ। ਠੀਕ ਹੈ ਨਾ? ਥੈਂਕ ਯੂ ਬਾਈ ਜੀ।